ਰੂਪਨਗਰ ਵਿੱਚ ਕਿਸਾਨਾਂ ਵੱਲੋਂ ਆੜ੍ਹਤੀਆਂ ਅਤੇ ਮਾਰਕੀਟ ਕਮੇਟੀ ਦੇ ਖਿਲਾਫ ਧਰਨਾ ਦਿੰਦੇ ਹੋਏ ਰੋਪੜ ਮਨਾਲੀ ਨੈਸ਼ਨਲ ਹਾਈਵੇ ਨੂੰ ਜਾਮ ਕਰ ਦਿੱਤਾ ਗਿਆ। ਕਿਸਾਨਾਂ ਵੱਲੋਂ ਆੜ੍ਹਤੀਆਂ ਅਤੇ ਮਾਰਕੀਟ ਕਮੇਟੀ ਦੇ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਆੜ੍ਹਤੀਆਂ 'ਤੇ ਦੋਸ਼ ਲਗਾਏ ਕਿ ਉਹ ਕਿਸਾਨਾਂ ਦੇ ਝੋਨੇ ਦੀ ਭਰਪਾਈ ਨਹੀਂ ਕਰ ਰਹੇ। ਦੇਖਦੇ ਹੀ ਦੇਖਦੇ ਰੋਪੜ ਮਨਾਲੀ ਨੈਸ਼ਨਲ ਹਾਈਵੇ 'ਤੇ ਕਰੀਬ ਦੋਵੇਂ ਪਾਸੇ ਨੂੰ 5 ਕਿਲੋਮੀਟਰ ਦਾ ਲੰਬਾ ਜਾਮ ਲੱਗ ਗਿਆ। ਮੌਕੇ 'ਤੇ ਪੁਲਿਸ ਵੀ ਪਹੁੰਚ ਗਈ। ਪੁਲਿਸ ਵੱਲੋਂ ਕਾਫੀ ਸਮਾਂ ਕਿਸਾਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਗਈ, ਪਰੰਤੂ ਕਿਸਾਨ ਨਹੀਂ ਮੰਨੇ। ਕਰੀਬ 2 ਘੰਟੇ ਬਾਅਦ ਮੌਕੇ 'ਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਮੇਵਾ ਸਿੰਘ ਪਹੁੰਚੇ ਅਤੇ ਸੈਕਟਰੀ ਵੀ ਉਹਨਾਂ ਦੇ ਨਾਲ ਮੌਜੂਦ ਸੀ। ਇਹਨਾਂ ਵੱਲੋਂ ਕਿਸਾਨਾਂ ਨੂੰ ਭਰੋਸਾ ਦਿੱਤਾ ਗਿਆ ਕਿ ਤੁਰੰਤ ਝੋਨੇ ਦੀ ਭਰਵਾਈ ਸ਼ੁਰੂ ਕਰਵਾ ਦਿੱਤੀ ਜਾਵੇਗੀ, ਜਿਸ ਤੋਂ ਬਾਅਦ ਕਿਸਾਨਾਂ ਨੇ ਜਾਮ ਖੋਲ੍ਹ ਦਿੱਤਾ। ਕੀ ਮਾਮਲਾ ਜੀ, ਕਿਉਂ ਜਾਮ ਲਗਾਇਆ ਗਿਆ ਜੀ? ਜਾਮ ਲਾਇਆ ਜੀ ਕਿ ਆੜ੍ਹਤੀ ਬਾਰਦਾਨੇ ਦਾ ਬਹਾਨਾ ਲਾ ਕੇ ਜ਼ਿਮੀਦਾਰਾਂ ਤੋਂ ਕੱਟ ਲਾਉਣ ਦੇ ਬਹਾਨੇ ਨਾਲ ਅਨਾਜ ਨਹੀਂ ਸੀ ਭਰ ਰਹੇ। ਇਹ ਕਹਿੰਦੇ ਜੇ ਤੁਸੀਂ ਕੱਟ ਲਵਾ ਦਿੰਦੇ ਹਾਂ 2 ਕਿਲੋ ਦਾ 1 ਕੁਇੰਟਲ ਪਿੱਛੇ, ਤਾਂ ਅਸੀਂ ਤੁਹਾਡਾ ਅਨਾਜ ਭਰ ਲੈਂਦੇ ਹਾਂ। ਪਰ ਜਦ ਕੁਛ ਆੜ੍ਹਤੀਆਂ ਨੇ ਥੋੜ੍ਹੀ ਦੇਰ ਇੱਦਾਂ ਚਲਾਇਆ ਕੰਮ, ਪਰ ਜਦੋਂ ਹੋਰ ਦੂਸਰੇ ਆੜ੍ਹਤੀਆਂ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਆਪਣੀ ਮੀਟਿੰਗ ਬੁਲਾਈ ਅਤੇ ਉਹਨਾਂ ਨੇ ਕਹਿਤਾ ਕੋਈ ਨਹੀਂ ਭਰੇਗਾ। ਜਿਹਦੇ ਕੋਲ ਬਾਰਦਾਨਾ ਹੈਗਾ ਉਹ ਵੀ ਨਹੀਂ ਭਰ ਰਿਹਾ, ਜਿਹਦੇ ਕੋਲ ਨਹੀਂ ਹੈ ਉਹ ਤਾਂ ਚਲੋ ਮਜਬੂਰੀ ਹੋ ਸਕਦੀ ਹੈ ਉਹਦੀ। ਅਸੀਂ ਉਹਨਾਂ ਨੂੰ ਕਿਹਾ ਸੀਗਾ ਕਿ ਅਗਰ ਤੁਹਾਡੇ ਕੋਲ ਬਾਰਦਾਨਾ ਹੈਗਾ ਜਿਹਨਾਂ ਕੋਲ ਉਹਨਾਂ ਤੋਂ ਦੇਖੋ, ਅੱਜ ਤਿਉਹਾਰ ਦਾ ਦਿਨ ਹੈ, ਤਿਉਹਾਰ ਦੇ ਦਿਨ ਜ਼ਿਮੀਦਾਰ ਮੰਡੀਆਂ ਵਿੱਚ ਰੋੜਿਆ। ਇੱਕ ਪਾਸੇ ਤਾਂ ਆੜ੍ਹਤੀ ਕਹਿ ਰਹੇ ਹੈ ਅਸੀਂ ਕਿਸਾਨ ਸੰਘਰਸ਼ ਜੋ ਚੱਲ ਰਿਹਾ ਹੈ ਅਸੀਂ ਕਿਸਾਨਾਂ ਦੇ ਨਾਲ ਹਾਂ, ਪਰ ਦੂਸਰੇ ਪਾਸੇ ਦਾਤੀ ਇਹਨਾਂ ਜੜਾਂ ਵਿੱਚ ਫੇਰ ਰਹੇ ਸੀ ਜ਼ਿਮੀਦਾਰਾਂ ਦੇ। ਇਹ 2-2 ਕਿਲੋ ਦਾ ਕੱਟ ਲਾਉਣ ਲਈ ਜ਼ਿਮੀਦਾਰਾਂ ਨੂੰ ਮਜਬੂਰ ਕਰ ਰਹੇ ਸੀਗੇ, ਇਸ ਕਰਕੇ ਇਹਨਾਂ ਨੇ ਬਾਰਦਾਨਾ ਦਾ ਬਹਾਨਾ ਲਾ ਕੇ ਆੜ੍ਹਤ ਜੋ ਇਹਨਾਂ ਦੀ ਭਰਾਈ ਸੀ ਬੰਦ ਕਰ ਦਿੱਤੀ ਸੀ। ਜਦੋਂ ਅਸੀਂ ਮਾਰਕੀਟ ਕਮੇਟੀ ਨੂੰ ਕਹਿੰਦੇ ਹਾਂ ਤਾਂ ਉਹ ਕਹਿੰਦੇ ਕਿ ਇੱਦਾਂ ਦੀ ਬਾਰਦਾਨੇ ਕੋਈ ਪ੍ਰੋਬਲਮ ਨਹੀਂ, ਤਾਂ ਅਸੀਂ ਜ਼ਿਮੀਦਾਰ ਕੀ ਕਰ ਸਕਦੇ ਸੀ? ਜੋ ਸਾਨੂੰ ਚੰਗਾ ਲੱਗਿਆ ਅਸੀਂ ਉਹ ਢੰਗ ਅਪਣਾਇਆ ਜੀ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ ਅੱਜ ਤੱਕ ਜੋ ਵੀ ਪੈਟੀ ਦਾ ਸੀਜ਼ਨ ਚੱਲਿਆ ਸਰਕਾਰ ਦੀਆਂ ਹਦਾਇਤਾਂ ਨਾਲ ਬਿਲਕੁਲ ਪੀਸਫੁਲ ਚੱਲਿਆ, ਕਿਸਾਨਾਂ ਨੂੰ ਕੋਈ ਅਸੀਂ ਪ੍ਰੋਬਲਮ ਨਹੀਂ ਆਉਣ ਦਿੱਤੀ ਹੈਗੀ। ਜੇ ਅੱਜ ਇਹ ਪ੍ਰੋਬਲਮ ਆਈ ਹੈ ਉਹ ਅਸੀਂ ਸੋਲਵ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸਵੇਰੇ 10 ਵਜੇ ਇਹਨਾਂ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਬੋਲੀ ਵੀ ਹੋਵੇਗੀ, ਬਾਰਦਾਨਾ ਵੀ ਹੈ, ਸਾਰਾ ਕੁਛ ਹੋਏਗਾ। ਦਿੱਕਤ ਕੀ ਹੈ ਪਿੱਛੋਂ, ਕਿੰਨੇ ਦਿੱਕਤ ਆ ਰਹੀ ਹੈ? ਦਿੱਕਤ ਇਹਨਾਂ ਦੇ ਆਰਿਓ ਦੀ ਸੀ, ਆਰਿਓ ਨਹੀਂ ਸੀ, ਉਹ ਅਲਾਟਮੈਂਟ ਉਹ ਅੱਜ ਕਰ ਦਿੱਤੇ ਗਏ ਨੇ। ਕਿੰਨੀ ਕੁ ਤਰ੍ਹਾਂ ਪ੍ਰੋਬਲਮ ਆ ਰਹੀ ਮੰਡੀ ਦੇ ਵਿੱਚ? ਮੰਡੀ ਵਿੱਚ ਕੋਈ ਜ਼ਿਆਦਾ ਪ੍ਰੋਬਲਮ ਨਹੀਂ ਹੈਗੀ, ਇਸ਼ੂ ਜ਼ਿਆਦਾ ਹੈ। ਅਤੇ ਬਾਕੀ ਅਸੀਂ ਸਵੇਰੇ ਇਹਨਾਂ ਨੂੰ ਕਿਸਾਨ ਵੀਰਾਂ ਨੂੰ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ 10 ਵਜੇ ਅਸੀਂ ਸੋਲਵ ਕਰ ਦਾਂਗੇ ਸਾਰੀ ਪ੍ਰੋਬਲਮ। ਵਿਸ਼ਵਾਸ ਹੋ ਜਾਏਗੀ 100% ਕਿ ਸਵੇਰੇ ਹੋ ਜਾਏਗੀ 10 ਵਜੇ। ਮੇਰਾ ਰਾਜਵੀਰ ਸਿੰਘ ਬੜਾ ਸੈਕਟਰੀ ਮਾਰਕੀਟ ਕਮੇਟੀ ਰੋਪੜ।